ਹੈਲੋ, ਵੈਲਕਮ ਬੈਕ ਟੂ ਮਾਈ ਚੈਨਲ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ ਸਭ ਦੇ? ਉਮੀਦ ਕਰਦੀ ਹਾਂ ਬਹੁਤ ਵਧੀਆ ਹੋਵੋਗੇ। ਅੱਜ ਵੀ ਮੌਸਮ ਇੰਨਾ ਵਧੀਆ ਆ ਨਾ, ਵੀ ਲਾਸਟ ਥੋੜ੍ਹੇ ਹਫ਼ਤੇ ਨਾ ਇੰਨੀ ਜ਼ਿਆਦਾ ਧੁੱਪ ਪੈਣ ਦੇ ਨਾਲ ਬੂਟੇ ਸੜ ਗਏ ਆ ਸਾਰੇ, ਸਾਡੇ ਕਿੰਨੇ ਪਲੈਂਟਸ ਬਰਨ ਹੋ ਗਏ ਨਾ। ਅਤੇ ਅੱਜ ਇੰਨਾ ਵਧੀਆ ਮੌਸਮ ਆ, ਤੁਸੀਂ ਦੇਖ ਹੀ ਸਕਦੇ ਹਾਂ ਵੀ ਕਲਾਉਡੀ ਆ, ਅਤੇ ਅਸੀਂ ਸਵੇਰੇ ਸਵੇਰੇ ਬਾਹਰ ਨਿਕਲ ਸਕਦੇ ਹਾਂ ਬੱਚਿਆਂ ਦੇ ਨਾਲ। ਅਤੇ ਜੋਰਡਨ ਬਾਬੂ ਜੀ ਉਹਦੇ ਸਾਈਕਲ ਚਲਾਉਂਦਾ ਆ, ਅਤੇ ਸੱਚੀ ਫਿਰ ਬਹੁਤ ਵਧੀਆ ਫੀਲ ਹੁੰਦਾ ਆ। ਅਤੇ ਆਹ ਮੈਂ ਨਾ ਪਾਣੀ ਇੱਥੇ ਹਮਿੰਗ ਬਰਡ ਆਉਂਦੇ ਨਾ, ਅਤੇ ਇੱਕ ਦਿਨ ਇੰਨੀ ਗਰਮੀ ਸੀ ਅਤੇ ਮੈਂ ਕੀ ਕੀਤਾ, ਇਹਦੇ ਵਿੱਚ ਥੋੜ੍ਹੀ ਸ਼ੂਗਰ ਪਾ ਕੇ ਪਾਣੀ 'ਚ ਅਤੇ ਬਰਫ਼ ਪਾ ਕੇ ਨਾ ਇੱਥੇ ਰੱਖ ਦਿੱਤਾ ਪਾਣੀ, ਅਤੇ ਕਿੰਨੇ ਬਰਡ ਇਕੱਠੇ ਹੋਏ ਸੀ ਇੱਥੇ। ਠੰਡਾ ਪਾਣੀ ਪੀਣ ਆਉਂਦੇ ਆ, ਉਹ ਵੀ ਗਰਮ ਪਾਣੀ, ਗਰਮੀ ਵਿੱਚ ਪਾਣੀ ਵੀ ਗਰਮ ਹੋ ਜਾਂਦਾ ਆ। ਅਤੇ ਸਾਡੇ ਭਿੰਡੀਆਂ ਦੇ ਮੈਂ ਤੁਹਾਨੂੰ ਪੱਤੇ ਦਿਖਾਉਂਦੀ ਹਾਂ, ਭਿੰਡੀਆਂ ਦੇ ਪਲੈਂਟਸ ਵੀ ਉਹਨਾਂ ਦੇ ਜਿਹੜੇ ਪੱਤੇ ਆ ਉਹ ਬਰਨ ਹੋ ਗਏ ਆ ਸਾਰੇ ਧੁੱਪ ਦੇ ਨਾਲ, ਆਲੇ ਦੁਆਲੇ ਸਾਰੇ ਬਰਨ ਹੋ ਗਏ ਵਿਚਾਰੇ। ਫਿਰ ਸਬਜ਼ੀਆਂ ਵੀ ਕੀ ਕਰਨ ਨਾ, ਪਾਣੀ ਵੀ ਜਿੰਨਾ ਮਰਜ਼ੀ ਲਾਈ ਚਲੋ, ਪਰ ਫਿਰ ਵੀ ਜਿਹੜੀ ਧੁੱਪ ਆ ਨਾ ਬਹੁਤ ਜ਼ਿਆਦਾ ਸਟਰੋਂਗ ਆ। ਅਤੇ ਸਾਡੀ ਭਿੰਡੀ ਦਾ ਫਲਾਵਰ ਕਿੰਨਾ ਸੋਹਣਾ ਹੋਇਆ ਵੇ, ਸੋ ਕਿਊਟ। ਅਤੇ ਹਵਾ ਵੀ ਬਹੁਤ ਸੋਹਣੀ ਚੱਲਦੀ ਆ, ਅਤੇ ਇੱਧਰ ਹੋਰ ਵੀ ਫਲਾਵਰ ਆ। ਮੈਨੂੰ ਭਿੰਡੀ ਦਾ ਫਲਾਵਰ ਸੋਹਣਾ ਹੀ ਬਹੁਤ ਲੱਗਦਾ, ਕਿੰਨਾ ਕਿਊਟ ਹੁੰਦਾ। ਅਤੇ ਇੱਥੇ ਜਿਹੜੇ ਸਾਡੇ ਬੈਂਗਣ ਸੀਗੇ ਉਹ ਵੀ ਵਿਚਾਰੇ ਸੜ ਗਏ, ਪੱਟਣੇ ਪਏ ਸਾਨੂੰ। ਅਤੇ ਆਹ ਸੀ ਬੂਟਾ ਲਾਇਆ ਸੀ, ਇਹ ਵੀ ਧੁੱਪ ਦਾ ਕਰਕੇ ਵਿਚਾਰਾ ਹਲੇ ਅੱਗੇ ਨਹੀਂ ਵੱਧ ਰਿਹਾ, ਇਹ ਵੀ ਸੜ ਗਿਆ। ਅਤੇ ਪਤਾ ਨਹੀਂ ਕੀ ਬਣਨਾ ਕੀ ਨਹੀਂ। ਸਾਡੇ ਜ਼ੁਕੀਨੀਆਂ ਤਾਂ ਚਲੋ ਧੁੱਪ ਦੇ ਨਾਲ ਜਿਹੜਾ ਹਾਲ ਹੈਗਾ ਹੀ ਆ, ਅਤੇ ਚਲੋ ਬਾਕੀ ਜੋਰਡਨ ਸਾਡਾ ਉੱਧਰ ਘੁੰਮੀ ਕਰਦਾ ਆ। ਅਤੇ ਅਸੀਂ ਹੋ ਗਏ ਹਾਂ ਤਿਆਰ, ਅਸੀਂ ਚੱਲੇ ਹਾਂ ਸਟੋਰ 'ਤੇ। ਇੱਧਰ ਅੰਕੂ ਵੀ ਚੱਲੀ ਆ ਸਟੋਰ 'ਤੇ ਨਾਲ ਸਾਡੇ, ਅਤੇ ਕਹਿੰਦੇ ਸਾਨੂੰ ਘੁੰਮੀ ਘੁੰਮੀ ਕਰਾ ਕੇ ਲੈ ਕੇ ਆਓ। ਜੋਰਡਨ ਵੀ, ਜੋਰਡਨ ਜਦੋਂ ਨਾ ਮੈਂ ਅੰਕੂ ਨੂੰ ਤੇ ਕਰਦੀ ਹਾਂ ਤਾਂ ਉਦੋਂ ਬਾਬੂ ਜੀ ਕਹਿ ਦਿੰਦਾ ਆ ਮੈਨੂੰ ਵੀ ਤੇ ਕਰ, ਅੰਕੂ ਟਰਨ ਕਰੋ। ਮੈਂ ਅੰਕੂ ਦਾ ਹੇਅਰ ਸਟਾਈਲ ਬਣਾਇਆ ਇੱਦਾਂ ਦਾ, ਇਹ ਤਾਂ ਬਹੁਤ ਸੂਟ ਕਰਦਾ। ਅਸੀਂ ਹੁਣ ਬਹਿ ਗਏ ਹਾਂ ਗੱਡੀ 'ਚ ਸਟੋਰ 'ਤੇ ਜਾਣ ਨੂੰ, ਅਤੇ ਜੋਰਡਨ ਬਾਬੂ ਜੀ ਦੇਖੋ ਕਿੰਨੇ ਕਿਊਟ ਲੱਗਦੇ ਆ ਨਾ। ਇੱਧਰ ਆ ਗਿਆ ਵੀ ਐਪਲ ਵੀ, ਇਹ ਰੈਸਟੋਰੈਂਟ 'ਚ ਅਸੀਂ ਬਹੁਤ ਵਾਰ ਪਹਿਲਾਂ ਆਏ ਹਾਂ, ਬਹੁਤ ਵਧੀਆ ਖਾਣਾ ਇੱਥੇ ਮਿਲਦਾ ਆ। ਅਤੇ ਨਾਲ ਹੀ ਇੱਥੇ ਹੈਗਾ ਪੈਟਰੋਲ ਪੰਪ ਕੋਸਕੋ ਦਾ, ਇਹ ਤਾਂ ਆਲਵੇਜ਼ ਫੁੱਲ ਰਹਿੰਦਾ ਆ। ਅਤੇ ਅਸੀਂ ਪਹੁੰਚ ਗਏ ਹਾਂ, ਪਹਿਲਾਂ ਜਿੰਨੀ ਵੀ ਆਏ ਆ ਅਸੀਂ ਛਾਵੇਂ ਲੱਭਦੇ ਹੁੰਦੇ ਸੀ ਪਾਰਕਿੰਗ ਲਾਟ, ਅਤੇ ਅੱਜ ਸਾਰੇ ਪਾਸੇ ਛਾਂ ਹੀ ਛਾਂ ਆ। ਪਚੱਤਰਾਂ ਇੰਚ ਦਾ ਟੀ ਵੀ $600 ਦਾ ਲੱਗਾ। ਇੱਧਰ ਸੋਫਾ ਲੱਗਾ ਆ $1500 ਦਾ, ਆਵੇ ਸੋਹਣਾ ਛੋਟੇ ਲਿਵਿੰਗ ਰੂਮ ਦੇ ਲਈ ਵਧੀਆ ਰਹਿੰਦਾ ਲਾਈਟ ਕਲਰ। ਇੱਧਰ ਆ ਹੋਰ ਵੀ ਲੈਦਰ ਦਾ, ਰੀਅਲ ਲੈਦਰ ਤਾਂ ਨਹੀਂ ਹੋਣੀ ਹੈਗੀ, ਹਾਂ ਆ ਕੰਪਿਊਟਰ ਟੇਬਲ ਆ ਆਫਿਸ ਦਾ ਕੰਮ ਕਰਨ ਨੂੰ ਵਧੀਆ ਆ। ਹਾਂਜੀ, ਇੱਧਰ ਸਾਰੇ ਟਾਵਲ ਪੇਪਰ, ਇੱਧਰ ਬੱਚਿਆਂ ਦੀ ਜੂਸੀ, ਇੱਧਰ ਸਾਰੇ ਸਾਲ 'ਚ ਸਾਰੇ ਜੂਸ ਆ।
ਐਪਲ ਜੂਸ, ਆਪਾਂ ਲੈਣਾ ਕੋਕੋਨਟ ਵਾਟਰ, ਆਹ ਵਾਲਾ ਕੋਕੋਨਟ ਵਾਟਰ, ਇੱਧਰ ਹੈਗਾ ਸਾਰਾ ਬਦਾਮਾਂ ਦਾ ਦੁੱਧ, ਆਹ ਵਾਲਾ ਬਦਾਮਾਂ ਦਾ, ਉਹ ਵੀ ਬਦਾਮਾਂ ਦਾ ਹੈ, ਉਹਦੇ ਵਿੱਚ ਵਨੇਲਾ ਫਲੇਵਰ ਐਡ ਕੀਤਾ ਹੈ। ਅਤੇ ਇੱਧਰ ਹੈਗਾ ਓਟਸ ਮਿਲਕ, ਓਟਸ ਮਿਲਕ ਇਸ ਵਾਰ ਟਰਾਈ ਕਰਦੇ, ਪਿਛਲੀ ਵਾਰ ਮੈਂ ਬਦਾਮਾਂ ਦਾ ਦੁੱਧ ਲੈ ਕੇ ਗਈ ਸੀਗੀ। ਆਹਦੇ ਵੀ ਕੋਸਕੋ 'ਤੇ ਲੱਗਾ ਆ $21 ਦਾ ਦੇਸੀ ਘੇ ਦਾ ਡੱਬਾ, ਅਤੇ ਹੈਗਾ £3.5 ਦਾ। ਅਤੇ ਇੱਧਰ ਕੋਸਕੋ ਵਾਲੇ ਨੇ ਵੀ ਬਣਾ ਦਿੱਤਾ ਆ ਦੇਸੀ ਘੇ, ਇਹ ਦੇਖਣ ਨੂੰ ਵਧੀਆ ਲੱਗਦਾ। ਇਹ ਹੈਗਾ ਆ $19 ਦਾ, ਇਹ 765 ਗ੍ਰਾਮ ਆ। ਚੱਕੋ ਆਹ ਰੱਖੋ, ਹੈਲਪ ਮੰਮੀ। ਓ ਅਤੇ ਇੱਧਰ ਹੈਗੀ ਆ ਸਾਰੀਆਂ ਬ੍ਰੈੱਡਾਂ, ਆਪਾਂ ਲੈਣੀਆਂ ਬ੍ਰੈੱਡ, ਇੱਕ ਤਾਂ ਓਟਨਟਸ ਆ, ਅਸੀਂ ਆਹ ਲਈ ਦੀ ਆ, ਇਹ ਜ਼ਿਆਦਾ ਵਧੀਆ ਹੈ। ਜੋਰਡਨ ਤੋਂ ਪੰਗੇ ਲੈਂਦਾ ਆ ਦੀਦੀ ਨਾਲ। The next day. ਲਓ ਵੀ ਹੁਣ ਅਸੀਂ ਲੱਗੇ ਹਾਂ ਆਪਣੀਆਂ ਸਬਜ਼ੀਆਂ ਦੀ ਹਾਰਵੈਸਟਿੰਗ ਕਰਨ, ਅਤੇ ਆਪਾਂ ਇੱਕ ਛੋਟਾ ਜਿਹਾ ਕੱਦੂ ਤੋੜ ਲਿਆ, ਚੱਪਣ ਕੱਦੂ ਅਤੇ ਹਲਵਾ ਕੱਦੂ ਵਾਲੀ ਜ਼ੁਕੀਨੀ, ਅਤੇ ਇੱਕ ਉਹ ਜ਼ੁਕੀਨੀ ਲੱਗੀ, ਉਹ ਵੀ ਤੋੜਦੇ ਹਾਂ ਆਪਾਂ। ਦੇਖੋ ਨਾ ਗਰਮੀ ਕਰਕੇ ਵਿਚਾਰੇ, ਹੈ ਨਾ, ਪੂਰੀ ਤਰ੍ਹਾਂ ਗਰਮੀ ਕਰਕੇ ਨਾ ਪੂਰੀ ਤਰ੍ਹਾਂ ਇਹ ਵਿਚਾਰੀਆਂ ਵੱਧ ਵੀ ਨਹੀਂ ਰਹੀਆਂ, ਇੱਥੇ ਕਿ ਅਟਕ ਗਈਆਂ। ਚਲੋ ਕੋਈ ਨਹੀਂ, ਅਤੇ ਆਹ ਹੈਗੀ ਆਪਣੀਆਂ, ਆਪਾਂ ਭਿੰਡੀਆਂ ਵੀ ਤੋੜਨੀਆਂ, ਥੋੜ੍ਹੀਆਂ ਭਿੰਡੀਆਂ ਹੋਈਆਂ ਆ, ਅਤੇ ਆਪਾਂ ਉੱਧਰ ਆਪਣੇ ਟਮਾਟਰ ਵੀ ਤੋੜਨੇ ਆ। ਅਤੇ ਟਮਾਟਰ ਤੋੜਨ ਲਈ ਮੈਨੂੰ ਉੱਤੇ ਚੜ੍ਹਨਾ ਪੈਣਾ, ਅਤੇ ਮੈਂ ਕੀ ਦੇਖਿਆ ਸਾਡੇ ਚੈਰੀ ਟਮਾਟਰ ਵੀ ਦੋ ਕੁ ਅਤੇ ਜਿੰਨੇ ਵੀ ਲੱਗੇ ਆ ਉਹ ਵੀ ਤੋੜ ਲੈਂਦੇ ਆ। ਵਾਓ ਕਿੰਨਾ ਸੋਹਣਾ ਟਮਾਟਰ ਆ, ਅਤੇ ਸਾਈਜ਼ ਵੀ ਵੱਡਾ ਇਹਦਾ। ਆਹ ਵਿਚਾਰਾ ਤਾਂ ਬੂਟਾ ਹੈ ਨਾ, ਉਹ ਗਰਮੀ ਦੇ ਨਾਲ ਸੜ ਗਿਆ। ਆਹ ਹਲੇ ਪੂਰੇ ਤਰ੍ਹਾਂ ਲਾਲ ਨਹੀਂ ਹੋਏ ਹੈਗੇ, ਆਪਾਂ ਵੇਟ ਕਰਦੇ ਇਹਨਾਂ ਦੇ ਲਾਲ ਹੋਣ ਦੀ। ਅਤੇ ਆਪਾਂ ਆਹ ਭਿੰਡੀਆਂ ਲੱਗੇ ਤੋੜਨ, ਇੱਧਰ ਆ ਵੀ ਆ ਭਿੰਡੀ, ਕੇਵਲ ਬਾਅਦ 'ਚ ਪਤਾ ਲੱਗਦਾ ਵੀ ਮਿਸ ਹੋ ਗਈ ਹੈ ਕੋਈ ਨਾ ਕੋਈ, ਨਾ ਤੋੜ ਲੈਂਦੇ, ਨਹੀਂ ਤਾਂ ਪੱਕ ਜਾਂਦੀ ਹੈ। ਚਲੋ ਜੀ, ਪਰ ਆਹ ਜਿਹੜਾ ਕੱਦੂ ਕੱਲ੍ਹ ਨਾਲੋਂ ਵੀ ਪਰਸੋਂ ਨਾਲੋਂ ਵੱਡਾ ਹੋ ਗਿਆ। ਇੱਧਰ ਸਾਡੇ ਆਹ ਮਿਰਚਾਂ ਵੀ ਹੋਈਆਂ ਆ ਜਿਹੜੀਆਂ ਵੱਡੀਆਂ ਆ, ਅਤੇ ਇੱਧਰ ਵਿੱਚ ਵੀ ਆ, ਅਸੀਂ ਤੋੜ ਕੇ ਰੱਖੀਆਂ ਆ, ਹਲੇ ਉਹਨਾਂ ਦੀ ਸਬਜ਼ੀ ਬਣਾਈ ਨਹੀਂ ਹੈਗੀ, ਅਤੇ ਤਾਂ ਕਰਕੇ ਅਸੀਂ ਇਹਨਾਂ ਨੂੰ ਹੋਲਡ 'ਤੇ ਪਾ ਦਿੱਤਾ ਸੀਗਾ, ਥੋੜ੍ਹਾ ਠਹਿਰ ਕੇ ਇਹਨਾਂ ਨੂੰ ਤੋੜੂੰਗੇ। ਪਹਿਲਾਂ ਅਸੀਂ ਉਹ ਵਰਤ ਲਈਏ ਜਿਹੜੀਆਂ ਤੋੜੀਆਂ ਔਲਰੇਡੀ, ਅਦੇ ਨਾ ਵਿੱਚ ਹੈਗੀਆਂ ਆ, ਕਈ ਵੱਡੀਆਂ ਹੋ ਰਹੀਆਂ ਆ। ਆਹਦੇ ਇੱਧਰ ਵੀ ਉਹ ਵਿੱਚ ਲੁਕੀ ਸੀਗੀ, ਆਹਦੇ ਇੱਧਰ ਵੀ ਆ ਵੀ ਵਿੱਚ ਲੁਕੀ ਆ, ਹੈਗੀਆਂ 5-7 ਲੱਗੀਆਂ ਆ। ਚਲੋ ਜੀ, ਇਹ ਸੀ ਸਾਡੀ ਹਾਰਵੈਸਟਿੰਗ ਸਬਜ਼ੀਆਂ ਦੀ, ਅਤੇ ਅਸੀਂ ਰੋਜ਼ ਜਿੱਦਾਂ ਇੰਨੀਆਂ ਭਿੰਡੀਆਂ ਲਾ ਲਈ ਦੀਆਂ ਆ, ਤਾਂ 3 ਕੁ ਦਿਨਾਂ ਬਾਅਦ ਬਣਾਉਣ ਜੋਗੀਆਂ ਹੋ ਜਾਂਦੀਆਂ ਆ।
ਕਿਉਂਕਿ ਜੇ ਟਾਈਮ ਨਾਲ ਆਓ ਇਹਨਾਂ ਨੂੰ ਤਾਂ ਫਿਰ ਪੱਕ ਜਾਂਦੀਆਂ ਆ, ਫਿਰ ਪੱਕੀ ਭਿੰਡੀ ਵਧੀਆ ਨਹੀਂ ਲੱਗਦੀ ਹੈਗੀ। ਅਤੇ ਆਹ ਸਾਡੇ ਚੱਪਣ ਕੱਦੂ, ਇਹ ਵੀ 2-3 ਦਿਨਾਂ ਬਾਅਦ ਇੱਕ ਉੱਤਰ ਆਉਂਦਾ ਆ, ਅਤੇ ਇਹ ਵੀ ਸਾਡੀ ਸਬਜ਼ੀ ਦੇ ਲਈ ਤਿਆਰ ਹੋ ਜਾਂਦੇ ਆ 2-3 ਦਿਨ ਬਾਅਦ, ਅਤੇ ਘਰ ਦੀ ਸਬਜ਼ੀ। ਹੁਣ ਮੈਂ ਇਹਨਾਂ ਨੂੰ ਰੱਖ ਹੁੰਦੀ ਹਾਂ ਅੰਦਰ ਇਸ ਬੇਲ ਵਿੱਚ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣ ਦਿਖਾਉਣ ਦਾ ਹੀ ਚੇਤਾ ਭੁੱਲ ਗਿਆ। ਆਹ ਵਿਚਾਰੀ ਰਾਮਾ ਤੋਰੀ ਦੀ ਬੇਲ, ਰਾਮਾ ਤੋਰੀ ਵਾਂਗੂ ਪਤਲੀ ਰਹਿ ਗਈ। ਹਾਂਜੀ ਬੱਚੇ, ਹਾਂ ਵਿਚਾਰੀ ਪਤਲੀ ਬਹੁਤ ਆ। ਹਾਂ ਇੱਥੇ ਇੱਕ ਸੀਗਾ ਇੱਕ ਥੱਲੇ, ਇੱਕ ਆ ਕਰੇਲਾ ਆ, ਇੱਕ ਆਹ ਆ। ਚਲੋ ਜੋੜਨ, ਕਰੇਲਾ ਦਿਖਾਓ, ਤੋੜਨਾ ਨੀ, ਕਰੇਲਾ ਦਿਖਾ ਦੋ, ਇੱਧਰ ਦੇਖੋ, ਉਹ ਤੋੜਨਾ ਨੀ, ਹਾਂ ਇੱਧਰ ਦੇਖੋ ਦਿਖਾਓ, ਤੂੰ ਕਿ ਸਾਡਾ ਕਰੇਲਾ ਦੇਖ ਲਓ ਬਈ, ਉੱਚੀ ਬੋਲੋ ਨਹੀਂ ਸੁਣਦਾ ਸਾਨੂੰ, ਸਾਡਾ ਕਰੇਲਾ ਦੇਖ ਲਓ ਜੀ, ਏਦਾਂ ਬੋਲੋ, ਕੋਈ ਲੈਣ ਬਣੀ, ਚਲੋ ਬਾਹਰ, ਮੇਰੇ ਤੋਂ ਪਹਿਲਾਂ ਬਾਊ ਜੀ ਆ ਕੇ ਖੜਾ ਹੋ ਜਾਂਦਾ ਚੀਜ਼ਾਂ 'ਚ, ਉੱਧਰ ਦੀ ਨਿਕਲ ਜਾਓ, ਇੱਥੇ ਦੀ ਨਿਕਲ ਜਾਓ। ਆਹ ਸਿਰਫ ਇੱਕ ਧੁੱਪ ਦੇ ਨਾਲ ਹੀ ਸਾਰੀਆਂ ਮਿਰਚਾਂ ਲਾਲ ਹੋ ਗਈਆਂ, ਕੱਲ੍ਹ ਇੰਨੀਆਂ ਲਾਲ ਨਹੀਂ ਸੀਗੀਆਂ। ਜੋਰਡਨ ਕਿੰਨੀ ਹੈਲਪ ਕਰਦਾ ਨਾ, ਉਹ ਥੱਲੇ ਨਹੀਂ ਸੁੱਟਣਾ, ਮਿਰਚ ਲੱਗੀ ਉਹਨੂੰ। ਥੈਂਕ ਯੂ, ਕੱਲ੍ਹ ਰੈੱਡ ਤੋੜਨੇ, ਓਕੇ। ਹਾਂ ਉਹ ਥੱਲੇ ਵੀ ਆ ਗਿਆ, ਗਿਆ ਨੋ ਰੈੱਡ, ਗ੍ਰੀਨ ਨਹੀਂ ਤੋੜਨਾ, ਰੈੱਡ ਓਨਲੀ, ਗੁੱਡ। ਬੀਬਾ ਬੱਚਾ ਥੈਂਕ ਯੂ। ਯਾ ਸਾਡੇ ਘਰ ਦੀਆਂ ਮਿਰਚਾਂ ਲਾਲ ਹੋ ਗਈਆਂ ਸੀ ਸਾਰੀਆਂ। ਅੱਛਾ ਅੱਗੇ ਮਹੀਨਾ ਜੋਰਡਨ ਨੇ ਵੀ ਆਉਣਾ, ਤਾਂ ਫੋਟੋ ਖਿੱਚ ਲਈ ਆਪਾਂ ਜੋਰਡਨ ਦੀ, ਓਕੇ। ਚਲੋ ਜੀ, ਇਹ ਸੀ ਮੇਰੀ ਅੱਜ ਦੀ ਵੀਡੀਓ, ਅਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ। ਥੈਂਕ ਯੂ, ਬਾਏ।